हेलो वेलकम यू ऑल इन माय चैनल कॉन्सेप्ट गुरु एकेत। मैं हां तुहाडा होस्ट अश्विनी कुमार। प्यारे विद्यार्थियों, ये वीडियो प्लस टू लई है। पिछले काफी दिनों च काफी स्टूडेंट्स ने लाइव क्लास विच भी पूछा इलेक्टोरल बॉन्ड की हुंदा है। हालांकि मैं बहुत बार दा उत्तर दिता, फिर भी विद्यार्थियों का लगातार प्रश्न आ रहे हैं। इस करके ये शॉर्ट वीडियो सिर्फ इलेक्टोरल बॉन्ड लई है। इलेक्टोरल बॉन्ड की हुंदा है, इसे पंजाबी च चोन बॉन्ड कहते हैं, अंग्रेजी च इलेक्टोरल बॉन्ड कहते हैं। इलेक्टोरल बॉन्ड एनडीए सरकार ने लिया है, एनडीए सरकार ने इसे बनाया, 2018 च एक लॉ पास करके बनाया। क्यों बनाया? ताकि जिहड़ी चोणां दे विच चंदा है, पोलीटिकल पार्टियां नूं जिहड़े लोग फंड दिंदे आ उहनूं पंजाबी च चंदा कहिंदे आ। पोलीटिकल पार्टियां नूं जिहड़ा लोग चंदा दिंदे ने, ਉਹ ਚੰਦਾ ਜਿਹੜਾ ਹੈ ਉਹਦੇ ਚ ਪਾਰਦਰਸ਼ਤਾ ਲਿਆਉਣ ਵਾਸਤੇ, ਪਾਰਦਰਸ਼ਤਾ ਲਿਆਉਣ ਵਾਸਤੇ, ਟਰਾਂਸਪੇਰੈਂਸੀ ਲਿਆਉਣ ਵਾਸਤੇ ਜਿਹੜਾ ਇਲੈਕਟੋਰਲ ਬੌਂਡ ਹੈ ਇਹਨੂੰ ਲਾਂਚ ਕੀਤਾ ਗਿਆ ਸੀ। ਤਾਂ ਕਿ ਜਿਹੜਾ ਵੀ ਕੋਈ ਕਿਸੇ ਪੋਲੀਟੀਕਲ ਪਾਰਟੀ ਨੂੰ ਡੋਨੇਸ਼ਨ ਦੇਵੇ ਉਹਦਾ ਕਲੈਰਿਟੀ ਰਵੇ, ਇਹ ਪਤਾ ਲੱਗੇ ਵੀ ਕਿਹਨੇ ਦਿੱਤਾ ਵਾ ਤੇ ਕਿਹਨੂੰ ਦਿੱਤਾ ਵਾ, ਕਿਹੜੀ ਪੋਲੀਟੀਕਲ ਪਾਰਟੀ ਨੂੰ ਦਿੱਤਾ ਵਾ। ਬੱਚਿਓ ਯਾਦ ਰੱਖਿਓ, ਕੇਵਲ ਜਿਹੜਾ ਚੰਦਾ ਵਾ, ਡੋਨੇਸ਼ਨ ਹੈ, ਪੋਲੀਟੀਕਲ ਪਾਰਟੀਆਂ ਜਿਹੜੀਆਂ ਦਿੰਦੀਆਂ ਨੇ ਉਹ ਸਟੇਟ ਬੈਂਕ ਆਫ ਇੰਡੀਆ ਨੇ ਜਾਰੀ ਕੀਤੇ ਨੇ ਇਲੈਕਟ੍ਰੋਨਲ ਬੌਂਡ। ਮਾਰਚ 2018 ਸਭ ਤੋਂ ਪਹਿਲੀ ਵਾਰ ਇਹਨੂੰ ਓਪਨ ਕੀਤਾ ਗਿਆ ਸੀ, ਮਾਰਚ 2018 ਚ ਸਭ ਤੋਂ ਪਹਿਲੀ ਵਾਰ ਲਾਂਚ ਕੀਤਾ ਗਿਆ ਸੀਗਾ, ਓਪਨ ਕੀਤਾ ਗਿਆ ਸੀ। ਤੇ ਜਿਹੜੇ ਬੌਂਡ ਨੇ ਇੱਕ ਚੈੱਕ ਦੀ ਤਰ੍ਹਾਂ ਨੇ, ਕੋਈ ਵੀ ਸਟੇਟ ਬੈਂਕ ਆਫ ਇੰਡੀਆ ਤੋਂ ਲੈ ਕੇ ਕਿਸੇ ਪੋਲੀਟੀਕਲ ਪਾਰਟੀ ਨੂੰ ਦੇ ਸਕਦਾ, ਕੇਵਲ ਉਸ ਪੋਲੀਟੀਕਲ ਪਾਰਟੀ ਨੂੰ ਦਿੱਤਾ ਜਾ ਸਕਦਾ ਜਿਹੜੀ ਪੋਲੀਟੀਕਲ ਪਾਰਟੀ ਕੀ ਹੋਵੇ, ਨੰਬਰ 1 ਰਜਿਸਟਰਡ ਹੋਵੇ, ਪੋਲੀਟੀਕਲ ਪਾਰਟੀ ਰਜਿਸਟਰਡ ਹੋਵੇ ਤੇ ਘੱਟੋ ਘੱਟ ਲੋਕ ਸਭਾ ਜਾਂ ਰਾਜ ਵਿਧਾਨ ਸਭਾ ਚ ਉਹਨੂੰ 1% ਸੀਟਾਂ ਪ੍ਰਾਪਤ ਹੋਣ, ਉਹ ਪੋਲੀਟੀਕਲ ਪਾਰਟੀ ਹੀ ਇਹ ਇਲੈਕਟੋਰਲ ਬੌਂਡ ਲੈ ਸਕਦੀ ਹੈ ਤੇ ਕਿਸੇ ਨੂੰ ਦੇ ਸਕਦੀ ਹੈ। ਇੱਕ ਵਾਰ ਇਲੈਕਟੋਰਲ ਬੌਂਡ ਪਰਚੇਜ ਕਰਨ ਦੇ 15 ਦਿਨ ਦੇ ਅੰਦਰ ਤੁਹਾਨੂੰ ਰਿਡੀਮ ਕਰਾਉਣਾ ਪਏਗਾ, 15 ਦਿਨਾਂ ਤੱਕ ਉਹ ਵੈਲਿਡ ਰਹਿੰਦਾ ਵਾ, ਫਿਰ ਉਹਦੀ ਵੈਲਿਡਿਟੀ ਖਤਮ ਹੋ ਜਾਂਦੀ ਹੈ। ਸੋ ਮਾਰਚ 2018 ਤੋਂ ਅਕਤੂਬਰ 2020 ਤੱਕ 6,493 ਕਰੋੜ ਰੁਪਏ ਜਿਹੜੇ ਆ ਉਹਦੇ ਬੌਂਡ ਜਾਰੀ ਕੀਤੇ ਗਏ, 6,493 ਕਰੋੜ ਰੁਪਏ ਦੇ ਜਿਹੜੇ ਇਲੈਕਟੋਰਲ ਬੌਂਡ ਜਾਰੀ ਕੀਤੇ ਗਏ ਪੋਲੀਟੀਕਲ ਪਾਰਟੀ ਨੇ ਪ੍ਰਾਪਤ ਕੀਤੇ। ਇਹ ਬੌਂਡ ਜਿਹੜੇ ਨੇ 1,000, 10,000, 1,00,000, 10,00,000 ਤੇ 1 ਕਰੋੜ ਰੁਪਏ ਦੇ ਪ੍ਰਾਪਤ ਕੀਤੇ ਜਾ ਸਕਦੇ ਨੇ। ਭਾਵ ਇਹਨਾਂ ਦਾ ਡਿਨੋਮੀਨੇਸ਼ਨ 1,10,000, 1,00,000, 1,00,000 ਤੇ 1 ਕਰੋੜ ਰੁਪਏ ਤੱਕ ਦੇ ਬੌਂਡ ਜਾਰੀ ਹੋ ਸਕਦੇ ਨੇ। ਸੋ ਇਹਦੇ ਨਾਲ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ ਮਿਲਣ ਵਾਲਾ ਚੰਦਾ ਹੈ ਉਹਦੇ 'ਚ ਕਾਲੇ ਧਨ ਦੀ ਵਰਤੋਂ ਨੂੰ ਰੋਕਿਆ ਜਾ ਸਕਦਾ। ਇਸ ਕਰਕੇ ਇਹ ਸਰਕਾਰ ਨੇ ਇਲੈਕਟ੍ਰੋਨਲ ਬੌਂਡ ਲੈਂਦਾ, ਸਮੇਂ-ਸਮੇਂ ਤੇ ਇਲੈਕਸ਼ਨ 'ਚ ਤੋਂ ਜਿਹੜਾ ਸਰਕਾਰਾਂ ਜਾਰੀ ਕਰਦੀਆਂ। ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ, ਥੈਂਕ ਯੂ।